ਡੇ 1 ਤੋਂ ਅਸੀਂ ਲਗਾਤਾਰ ਗਰਾਊਂਡ ਜ਼ੀਰੋ ਤੇ ਬਣੇ ਹੋਏ ਆ ਤੇ ਇਸ ਵਕਤ ਦੇ ਹਾਲਾਤ ਤੁਹਾਨੂੰ ਦੱਸਦੇ ਕਿਉਂਕਿ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਮਾਂ-ਬਾਪ ਜੋ ਨੇ ਫਿਲਹਾਲ ਉਹਨਾਂ ਨੇ ਵੱਡਾ ਇਕੱਠ ਕਰ ਦਿੱਤਾ ਸੀ ਲੇਕਿਨ ਪੁਲਿਸ ਨੇ ਮੌਕੇ ਨੂੰ ਸੰਭਾਲਿਆ ਤੇ ਹੁਣ ਜਿਹੜੀ ਇੱਕ ਲਾਪਤਾ ਜਿਹੜੀ ਡੈਡ ਬਾਡੀ ਹੈ ਜਿਸ ਦੀ ਸ਼ਨਾਖਤ ਨਹੀਂ ਹੋ ਰਹੀ ਉਸ ਦੇ ਲਈ ਉਸ ਦੀ ਪਛਾਣ ਦੇ ਲਈ ਹੁਣ ਜਿਹੜੇ 4 ਪਰਿਵਾਰ ਇੱਥੇ ਮੌਜੂਦ ਸੀ ਹਾਲਾਂਕਿ 5ਵਾਂ ਪਰਿਵਾਰ ਵੀ ਕੱਲ ਪਹੁੰਚਿਆ ਸੀ ਉਹਨਾਂ ਨੇ ਵੀ ਮਿਸਿੰਗ ਰਿਪੋਰਟ ਲਿਖਵਾਈ ਸੀ ਕਿ ਅਜੇ ਦੁਬੇ ਨਾਮ ਦਾ ਜੋ ਉਹਨਾਂ ਦਾ ਭਤੀਜਾ ਉਹ ਵੀ ਮਿਸਿੰਗ ਹੈ ਸੋ ਹੁਣ 5 ਕਿਹਾ ਜਾ ਸਕਦਾ ਕਿ 5 ਡੈਡ ਬਾਡੀਜ਼ ਜਿਹੜੀਆਂ ਨੇ ਉਹ ਫਿਲਹਾਲ ਅੰਦਰ ਬਿਲਡਿੰਗ ਦੇ ਵਿੱਚ ਹੀ ਨੇ ਉਹਨਾਂ 4 ਪਰਿਵਾਰਾਂ ਨੂੰ ਸੈਂਪਲਿੰਗ ਦੇ ਲਈ ਹਸਪੀਟਲ ਲਿਜਾਇਆ ਗਿਆ ਲੇਕਿਨ ਇਸ ਵਿਚਾਲੇ ਸੀਐਫਐਸਐਲ ਦੀ ਟੀਮ ਪਹੁੰਚੀ ਹੋਈ ਹੈ ਉਹ ਵੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਐਨਡੀਆਰਐਫ ਦੀ ਟੀਮ ਦੇ ਨਾਲ ਗੱਲਬਾਤ ਜਾਰੀ ਹੈ ਕਿ ਸੈਂਪਲ ਕਲੈਕਟ ਕਰਨ ਤੋਂ ਬਾਅਦ ਆਖਿਰ ਕਿਸ ਤਰੀਕੇ ਦੇ ਨਾਲ ਦੁਬਾਰਾ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਏਗਾ ਕਿਉਂਕਿ ਕੱਲ ਤੋਂ ਰੈਸਕਿਊ ਆਪਰੇਸ਼ਨ ਨੂੰ ਰੋਕਿਆ ਗਿਆ ਸੀ ਪਿਛਲੀ ਸਾਈਡ ਤੋਂ ਦੁਬਾਰਾ ਤੋਂ ਅੱਗ ਜੋ ਹੈ ਉਹ ਸੁਲਗ ਰਹੀ ਸੀ ਜਿਸ ਦੇ ਕਾਰਨ ਐਨਡੀਆਰਐਫ ਦੀ ਟੀਮ ਜੋ ਹੈ ਫਿਲਹਾਲ ਅੰਦਰ ਤੱਕ ਨਹੀਂ ਜਾ ਪਾਈ ਸੀ ਨਾਲ ਹੀ ਪੀਡਬਲਿਊ ਦੇ ਜੋ ਇੰਜੀਨੀਅਰ ਨੇ ਉਹਨਾਂ ਨੇ ਵੀ ਬਿਲਡਿੰਗ ਨੂੰ ਅਨਸੇਫ ਦੱਸਿਆ ਸੀ ਸੋ ਇਸ ਵਜ੍ਹਾ ਕਰਕੇ ਕਿਹਾ ਜਾ ਸਕਦਾ ਕਿ ਐਨਡੀਆਰਐਫ ਦੀ ਜੋ ਟੀਮਾਂ ਨੇ ਉਹ ਅੰਦਰ ਨਹੀਂ ਜਾ ਰਹੀਆਂ ਸਨ ਸੋ ਕਾਫੀ ਦੇਖੋ ਜਿਵੇਂ ਅਸੀਂ ਦੇਖਿਆ ਕਿ ਸੈਂਪਲ ਚਾਹੇ ਇਕੱਠੇ ਕੀਤੇ ਜਾਣ ਹਾਲਾਂਕਿ ਪਿਛਲੀ ਵਾਰ ਕਿਹਾ ਜਾ ਰਿਹਾ ਸੀ ਕਿ ਘੱਟੋ ਘੱਟ ਇੱਕ ਹਫ਼ਤੇ ਦਾ ਸਮਾਂ ਜੋ ਹੈ ਉਹ ਲੱਗ ਸਕਦਾ ਹੈ ਸੋ ਹੁਣ ਸੈਂਪਲ ਕਲੈਕਟ ਕਰਨ ਤੋਂ ਬਾਅਦ ਇਸ ਤੋਂ ਪਹਿਲਾਂ ਕਿਉਂਕਿ ਪਹਿਲਾਂ ਵੀ ਫੋਰੈਂਸਿਕ ਟੀਮਾਂ ਪਹੁੰਚੀਆਂ ਸੀ ਫੋਰੈਂਸਿਕ ਟੀਮ ਦੀ ਨਜ਼ਰ ਦੇ ਵਿੱਚ ਕੀ ਆਉਂਦਾ ਕਿਉਂਕਿ ਐਲਕੋਹਲ ਦੀ ਵੱਡੀ ਮਾਤਰਾ ਮੰਨੀ ਜਾ ਰਹੀ ਸੀ ਅਜਿਹੇ ਜਿਹੜੇ ਪਦਾਰਥ ਨੇ ਕੈਮੀਕਲ ਚੀਜ਼ਾਂ ਨੇ ਉਹਨਾਂ ਦੀ ਕਪੈਸਿਟੀ ਦੀ ਜਿਹੜੀ ਹੈ ਰੇਂਜ ਕਿੰਨੀ ਹੁੰਦੀ ਹੈ ਕਿਉਂਕਿ ਇਹ ਤਾਂ ਪਹਿਲਾਂ ਹੀ ਕਲੀਅਰ ਹੋ ਚੁੱਕਾ ਸੀ ਕਿ ਉਸ ਰੇਂਜ ਤੋਂ ਵੱਧ ਕਪੈਸਿਟੀ ਦੇ ਵਿੱਚ ਕੈਮੀਕਲ ਨੂੰ ਕਲੈਕਟ ਕੀਤਾ ਗਿਆ ਸੀ ਨਾਲ ਹੀ ਅਣਗਹਿਲੀ ਇੰਨੀ ਵੱਡੀ ਸੀ ਕਿ ਉਸ ਨੂੰ ਸੈਗਰੀਗੇਟ ਤੱਕ ਨਹੀਂ ਕੀਤਾ ਗਿਆ ਸੀ ਕਿਉਂਕਿ ਨੋਰਮਸ ਨੂੰ ਫਾਲੋ ਕਰਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਨੂੰ ਅਣਗੌਲਿਆ ਕੀਤਾ ਗਿਆ ਸੀ ਹਾਲਾਂਕਿ ਇਹ ਸਭ ਚੀਜ਼ਾਂ ਪਰਤ ਦਰ ਪਰ ਖੁੱਲ ਰਹੀਆਂ ਨੇ ਲੇਕਿਨ ਹੁਣ ਇਨ ਸਭ ਚੀਜ਼ਾਂ ਨੂੰ ਕਲੀਅਰ ਕਰਨ ਦੇ ਲਈ ਜੋ ਲਾਸ਼ਾਂ ਜੋ ਬਾਡੀਜ਼ ਅੰਦਰ ਮੌਜੂਦ ਨੇ ਉਹਨਾਂ ਨੂੰ ਕੱਢਣ ਦੇ ਲਈ ਕੀ ਪ੍ਰਤੀਕਿਰਿਆ ਜਾਂ ਕੀ ਉਸ ਦੇ ਲਈ ਅੱਗੇ ਕ੍ਰਿਟੀਰੀਆ ਅਪਣਾਉਣਾ ਉਸ ਦੇ ਲਈ ਵਿਚਾਰ ਚਰਚਾ ਚੱਲ ਰਹੀ ਹੈ ਕਿਉਂਕਿ ਸੀਐਫਐਸਐਲ ਦੀ ਟੀਮ ਚੰਡੀਗੜ੍ਹ ਤੋਂ ਪਹੁੰਚ ਚੁੱਕੀ ਹੈ ਕੇਂਦਰ ਦੀ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਪਹੁੰਚੀ ਹੋਈ ਹੈ ਕੀ ਸੈਂਪਲ ਕਲੈਕਟ ਕਰਦੇ ਨੇ ਉਸ ਤੋਂ ਬਾਅਦ ਪੀਡਬਲਿਊਡੀ ਦੇ ਇੰਜੀਨੀਅਰ ਕਿਸ ਤਰੀਕੇ ਦੇ ਨਾਲ ਇਸ ਬਿਲਡਿੰਗ ਨੂੰ ਡਿਮੋਲਿਸ਼ ਕਰਦੇ ਨੇ ਇਹ ਵੀ ਦੇਖਣਾ ਹੋਏਗਾ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਕਿ ਆਖਿਰ ਜਿਹੜੇ ਮਾਂ ਬਾਪ ਨੇ ਉਹ ਉਹਨਾਂ ਦੀ ਤਸੱਲੀ ਕਰਾਉਣ ਦੇ ਲਈ ਚਾਹੇ ਪੁਲਿਸ ਪ੍ਰਸ਼ਾਸਨ ਹੈ ਚਾਹੇ ਹੋਰ ਅਧਿਕਾਰੀ ਚਾਹੇ ਫੋਰੈਂਸਿਕ ਟੀਮ ਦੀ ਗੱਲ ਕਰ ਲਈਏ ਐਨਡੀਆਰਐਫ ਟੀਮ ਦੀ ਗੱਲ ਕਰ ਲਈ ਉਹਨਾਂ ਸਭ ਨੂੰ ਮਾਪੇ ਇੱਥੇ ਖੜੇ ਹੋ ਕੇ ਦੇਖ ਰਹੇ ਨੇ ਉਹਨਾਂ ਦਾ ਇਹੀ ਕਹਿਣਾ ਕਿ ਸਾਡੇ ਲਈ ਸਾਨੂੰ ਚਾਹੀਦਾ ਕਿ ਚਾਹੇ ਕੋਈ ਵੀ ਟੀਮ ਆਵੇ ਸਾਨੂੰ ਆਊਟਪੁੱਟ ਚਾਹੀਦੇ ਯਾਨੀ ਕਿ ਆਊਟਪੁੱਟ ਦਾ ਭਾਵ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਕਿਸੇ ਵੀ ਹਾਲਾਤ ਦੇ ਵਿੱਚ ਉਹਨਾਂ ਦੇ ਬੱਚੇ ਹੋਣ ਸਾਨੂੰ ਸਿਰਫ ਬੱਚੇ ਜਿਵੇਂ ਵੀ ਨੇ ਜਿਸ ਵੀ ਹਾਲਾਤ ਦੇ ਵਿੱਚ ਨੇ ਜੇਕਰ ਸਾਨੂੰ ਉਹਨਾਂ ਦੇ ਕੋਈ ਅੰਗ ਵੀ ਉਹਨਾਂ ਦੇ ਬਾਡੀ ਦੇ ਮਿਲ ਜਾਂਦੇ ਨੇ ਅਸੀਂ ਉਸ ਨੂੰ ਫੋਰੈਂਸਿਕ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਸੈਂਪਲਿੰਗ ਇੱਥੇ ਇਕੱਠੀ ਕੀਤੀ ਜਾਵੇਗੀ ਹਾਲਾਂਕਿ ਇਸ ਬਿਲਡਿੰਗ ਨੂੰ ਪਹਿਲਾ ਮਕਸਦ ਇਹ ਸੀ ਕਿ ਪੂਰੀ ਤਰ੍ਹਾਂ ਦੇ ਨਾਲ ਖਾਲੀ ਕੀਤਾ ਜਾਵੇ ਉਸ ਤੋਂ ਬਾਅਦ ਤਮਾਮ ਜਿਹੜੇ ਮਜ਼ਦੂਰ ਸੇ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਨੇ ਤੇ ਫਿਰ ਹੁਣ ਇੱਥੇ ਬਿਲਡਿੰਗ ਨੂੰ ਕੋਲੈਪਸ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਕਿ ਡੇ 1 ਤੋਂ ਅਸੀਂ ਲਗਾਤਾਰ ਗਰਾਊਂਡ ਜ਼ੀਰੋ ਤੇ ਬਣੇ ਹੋਏ ਆ ਤੇ ਇਸ ਵਕਤ ਦੇ ਹਾਲਾਤ ਤੁਹਾਨੂੰ ਦੱਸਦੇ ਕਿਉਂਕਿ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਮਾਂ-ਬਾਪ ਜੋ ਨੇ ਫਿਲਹਾਲ ਉਹਨਾਂ ਨੇ ਵੱਡਾ ਇਕੱਠ ਕਰ ਦਿੱਤਾ ਸੀ ਲੇਕਿਨ ਪੁਲਿਸ ਨੇ ਮੌਕੇ ਨੂੰ ਸੰਭਾਲਿਆ ਤੇ ਹੁਣ ਜਿਹੜੀ ਇੱਕ ਲਾਪਤਾ ਜਿਹੜੀ ਡੈਡ ਬਾਡੀ ਹੈ ਜਿਸ ਦੀ ਸ਼ਨਾਖਤ ਨਹੀਂ ਹੋ ਰਹੀ ਉਸ ਦੇ ਲਈ ਉਸ ਦੀ ਪਛਾਣ ਦੇ ਲਈ ਹੁਣ ਜਿਹੜੇ 4 ਪਰਿਵਾਰ ਇੱਥੇ ਮੌਜੂਦ ਸੀ ਹਾਲਾਂਕਿ 5ਵਾਂ ਪਰਿਵਾਰ ਵੀ ਕੱਲ ਪਹੁੰਚਿਆ ਸੀ ਉਹਨਾਂ ਨੇ ਵੀ ਮਿਸਿੰਗ ਰਿਪੋਰਟ ਲਿਖਵਾਈ ਸੀ ਕਿ ਅਜੇ ਦੁਬੇ ਨਾਮ ਦਾ ਜੋ ਉਹਨਾਂ ਦਾ ਭਤੀਜਾ ਹੈ ਉਹ ਵੀ ਮਿਸਿੰਗ ਹੈ ਸੋ ਹੁਣ 5 ਕਿਹਾ ਜਾ ਸਕਦਾ ਕਿ 5 ਡੈਡ ਬਾਡੀਜ਼ ਜਿਹੜੀਆਂ ਨੇ ਉਹ ਫਿਲਹਾਲ ਅੰਦਰ ਬਿਲਡਿੰਗ ਦੇ ਵਿੱਚ ਹੀ ਨੇ ਉਹਨਾਂ 4 ਪਰਿਵਾਰਾਂ ਨੂੰ ਸੈਂਪਲਿੰਗ ਦੇ ਲਈ ਹਸਪੀਟਲ ਲਿਜਾਇਆ ਗਿਆ ਲੇਕਿਨ ਇਸ ਵਿਚਾਲੇ ਸੀਐਫਐਸਐਲ ਦੀ ਟੀਮ ਪਹੁੰਚੀ ਹੋਈ ਹੈ ਉਹ ਵੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਐਨਡੀਆਰਐਫ ਦੀ ਟੀਮ ਦੇ ਨਾਲ ਗੱਲਬਾਤ ਜਾਰੀ ਹੈ ਕਿ ਸੈਂਪਲ ਕਲੈਕਟ ਕਰਨ ਤੋਂ ਬਾਅਦ ਆਖਿਰ ਕਿਸ ਤਰੀਕੇ ਦੇ ਨਾਲ ਦੁਬਾਰਾ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਏਗਾ ਕਿਉਂਕਿ ਕੱਲ ਤੋਂ ਰੈਸਕਿਊ ਆਪਰੇਸ਼ਨ ਨੂੰ ਰੋਕਿਆ ਗਿਆ ਸੀ ਪਿਛਲੀ ਸਾਈਡ ਤੋਂ ਦੁਬਾਰਾ ਤੋਂ ਅੱਗ ਜੋ ਹੈ ਉਹ ਸੁਲਗ ਰਹੀ ਸੀ ਜਿਸ ਦੇ ਕਾਰਨ ਐਨਡੀਆਰਐਫ ਦੀ ਟੀਮ ਜੋ ਹੈ ਫਿਲਹਾਲ ਅੰਦਰ ਤੱਕ ਨਹੀਂ ਜਾ ਪਾਈ ਸੀ ਨਾਲ ਹੀ
ਡਬਲਯੂ ਦੇ ਜੋ ਇੰਜੀਨੀਅਰ ਨੇ ਉਹਨਾਂ ਨੇ ਵੀ ਬਿਲਡਿੰਗ ਨੂੰ ਅਨਸੇਫ ਦੱਸਿਆ ਸੀ। ਸੋ ਇਸ ਵਜ੍ਹਾ ਕਰਕੇ ਕਿਹਾ ਜਾ ਸਕਦਾ ਕਿ NDRF ਦੀ ਜੋ ਟੀਮਾਂ ਨੇ ਉਹ ਅੰਦਰ ਨਹੀਂ ਜਾ ਰਹੀਆਂ ਸਨ। ਸੋ ਕਾਫੀ ਦੇਖੋ ਜਿਵੇਂ ਅਸੀਂ ਦੇਖਿਆ ਕਿ ਸੈਂਪਲ ਚਾਹੇ ਇਕੱਠੇ ਕੀਤੇ ਜਾਣ, ਹਾਲਾਂਕਿ ਪਿਛਲੀ ਵਾਰ ਕਿਹਾ ਜਾ ਰਿਹਾ ਸੀ ਕਿ ਘੱਟੋ ਘੱਟ ਇੱਕ ਹਫ਼ਤੇ ਦਾ ਸਮਾਂ ਜੋ ਹੈ ਉਹ ਲੱਗ ਸਕਦਾ। ਸੋ ਹੁਣ ਸੈਂਪਲ ਕਲੈਕਟ ਕਰਨ ਤੋਂ ਬਾਅਦ ਇਸ ਤੋਂ ਪਹਿਲਾਂ ਕਿਉਂਕਿ ਪਹਿਲਾਂ ਵੀ ਫੋਰੈਂਸਿਕ ਟੀਮਾਂ ਪਹੁੰਚੀਆਂ ਸੀ, ਫੋਰੈਂਸਿਕ ਟੀਮ ਦੀ ਨਜ਼ਰ ਦੇ ਵਿੱਚ ਕੀ ਆਉਂਦਾ ਕਿਉਂਕਿ ਐਲਕੋਹਲ ਦੀ ਵੱਡੀ ਮਾਤਰਾ ਮੰਨੀ ਜਾ ਰਹੀ ਸੀ, ਅਜਿਹੇ ਜਿਹੜੇ ਪਦਾਰਥ ਨੇ ਕੈਮੀਕਲ ਚੀਜ਼ਾਂ ਨੇ ਉਹਨਾਂ ਦੀ ਕਪੈਸਿਟੀ ਦੀ ਜਿਹੜੀ ਹੈ ਰੇਂਜ ਕਿੰਨੀ ਹੁੰਦੀ ਹੈ, ਕਿਉਂਕਿ ਇਹ ਤਾਂ ਪਹਿਲਾਂ ਹੀ ਕਲੀਅਰ ਹੋ ਚੁੱਕਾ ਸੀ ਕਿ ਉਸ ਰੇਂਜ ਤੋਂ ਵੱਧ ਕਪੈਸਿਟੀ ਦੇ ਵਿੱਚ ਕੈਮੀਕਲ ਨੂੰ ਕਲੈਕਟ ਕੀਤਾ ਗਿਆ ਸੀ। ਨਾਲ ਹੀ ਅਣਗਹਿਲੀ ਇੰਨੀ ਵੱਡੀ ਸੀ ਕਿ ਉਸਨੂੰ ਸੈਗਰੀਗੇਟ ਤੱਕ ਨਹੀਂ ਕੀਤਾ ਗਿਆ ਸੀ, ਕਿਉਂਕਿ ਨੋਰਮਸ ਨੂੰ ਫੋਲੋ ਕਰਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਨੂੰ ਅਣਗੌਲਿਆ ਕੀਤਾ ਗਿਆ ਸੀ। ਹਾਲਾਂਕਿ ਇਹ ਸਭ ਚੀਜ਼ਾਂ ਪਰਤਾਂ ਦਰ ਪਰ ਖੁੱਲ ਰਹੀਆਂ ਨੇ, ਲੇਕਿਨ ਹੁਣ ਇਨ ਸਭ ਚੀਜ਼ਾਂ ਨੂੰ ਕਲੀਅਰ ਕਰਨ ਦੇ ਲਈ ਜੋ ਲਾਸ਼ਾਂ ਜੋ ਬੋਡੀਜ਼ ਅੰਦਰ ਮੌਜੂਦ ਨੇ ਉਹਨਾਂ ਨੂੰ ਕੱਢਣ ਦੇ ਲਈ ਕੀ ਪ੍ਰਤੀਕਿਰਿਆ ਜਾਂ ਕੀ ਉਸ ਦੇ ਲਈ ਅੱਗੇ ਕ੍ਰਿਟੀਰੀਆ ਅਪਣਾਉਣਾ ਉਸ ਦੇ ਲਈ ਵਿਚਾਰ ਚਰਚਾ ਚੱਲ ਰਹੀ ਹੈ, ਕਿਉਂਕਿ CFSL ਦੀ ਟੀਮ ਚੰਡੀਗੜ੍ਹ ਤੋਂ ਪਹੁੰਚ ਚੁੱਕੀ ਹੈ, ਕੇਂਦਰ ਦੀ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਪਹੁੰਚੀ ਹੋਈ ਹੈ ਕੀ ਸੈਂਪਲ ਕਲੈਕਟ ਕਰਦੇ ਨੇ, ਉਸ ਤੋਂ ਬਾਅਦ PWD ਦੇ ਇੰਜੀਨੀਅਰ ਕਿਸ ਤਰੀਕੇ ਦੇ ਨਾਲ ਇਸ ਬਿਲਡਿੰਗ ਨੂੰ ਡਿਮੋਲਿਸ਼ ਕਰਦੇ ਨੇ ਇਹ ਵੀ ਦੇਖਣਾ ਹੋਏਗਾ। ਤਸਵੀਰਾਂ ਵੀ ਦਿਖਾ ਦਿੰਦੇ ਹਾਂ ਕਿ ਆਖਿਰ ਜਿਹੜੇ ਮਾਂ ਬਾਪ ਨੇ ਉਹ ਉਹਨਾਂ ਦੀ ਤਸੱਲੀ ਕਰਾਉਣ ਦੇ ਲਈ ਚਾਹੇ ਪੁਲਿਸ ਪ੍ਰਸ਼ਾਸਨ ਹੈ ਚਾਹੇ ਹੋਰ ਅਧਿਕਾਰੀ ਚਾਹੇ ਫੋਰੈਂਸਿਕ ਟੀਮ ਦੀ ਗੱਲ ਕਰ ਲਈਏ NDRF ਟੀਮ ਦੀ ਗੱਲ ਕਰ ਲਈਏ, ਉਹਨਾਂ ਸਭ ਨੂੰ ਮਾਪੇ ਇੱਥੇ ਖੜੇ ਹੋ ਕੇ ਦੇਖ ਰਹੇ ਨੇ, ਉਹਨਾਂ ਦਾ ਇਹੀ ਕਹਿਣਾ ਕਿ ਸਾਡੇ ਲਈ ਸਾਨੂੰ ਚਾਹੀਦਾ ਕਿ ਚਾਹੇ ਕੋਈ ਵੀ ਟੀਮ ਆਵੇ ਸਾਨੂੰ ਆਊਟਪੁੱਟ ਚਾਹੀਦੇ, ਯਾਨੀ ਕਿ ਆਊਟਪੁੱਟ ਦਾ ਭਾਵ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਕਿਸੇ ਵੀ ਹਾਲਾਤ ਦੇ ਵਿੱਚ ਉਹਨਾਂ ਦੇ ਬੱਚੇ ਹੋਣ, ਸਾਨੂੰ ਸਿਰਫ ਬੱਚੇ ਜਿਵੇਂ ਵੀ ਨੇ ਜਿਸ ਵੀ ਹਾਲਾਤ ਦੇ ਵਿੱਚ ਨੇ, ਜੇਕਰ ਸਾਨੂੰ ਉਹਨਾਂ ਦੇ ਕੋਈ ਅੰਗ ਵੀ ਉਹਨਾਂ ਦੇ ਬਾਡੀ ਦੇ ਮਿਲ ਜਾਂਦੇ ਨੇ ਅਸੀਂ ਉਸ ਨੂੰ ਫੋਰੈਂਸਿਕ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਸੈਂਪਲਿੰਗ ਇੱਥੇ ਇਕੱਠੀ ਕੀਤੀ ਜਾਵੇਗੀ। ਹਾਲਾਂਕਿ ਇਸ ਬਿਲਡਿੰਗ ਨੂੰ ਪਹਿਲਾਂ ਮਕਸਦ ਇਹ ਸੀ ਕਿ ਪੂਰੀ ਤਰ੍ਹਾਂ ਦੇ ਨਾਲ ਖਾਲੀ ਕੀਤਾ ਜਾਵੇ, ਉਸ ਤੋਂ ਬਾਅਦ ਤਮਾਮ ਜਿਹੜੇ ਮਜ਼ਦੂਰ ਸੀ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਨੇ ਅਤੇ ਫਿਰ ਹੁਣ ਇੱਥੇ ਬਿਲਡਿੰਗ ਨੂੰ ਕੋਲੈਪਸ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ।